ਕੀ ਕਹਿ ਰਹੇ ਨੇ ਉੱਤੇ ਰਾਈਟ ਹੈਂਡ ਡਾਇਰੈਕਟਰ ਲਿਆਣਾ ਮੁਲਕ ਵਿੱਚ ਇੱਥੇ ਲਿਆ ਕੋ ਨਵਾਂ ਡਰਾਮਾ ਲਿਖਣ ਵਾਲਾ ਕੋ ਬੰਦਾ ਲਿਆ ਤੇ ਅਸੀਂ ਕੰਮ ਕਰਨੇ ਆ ਇੱਥੇ ਸਾਰੇ ਐਕਟਰਾਂ ਨੂੰ ਸਿੱਧਾ ਕਰਨਾ ਮੇਰੇ ਪਿੱਛੇ ਹੀ ਪੈ ਗਏ ਤੂੰ ਉਹ ਭਾਈ ਅੱਜਕੱਲ ਜਿਹੜਾ ਦੌਰ ਹੈ ਨਾ ਇਹ ਹੈਗਾ ਅਡਲਟ ਅਸੀਂ ਫਲਗਰ ਨਹੀਂ ਕਰਦੇ ਅਸੀਂ ਕਰਨੇ ਆ ਅਡਲਟ ਅਡਲਟ ਦਾ ਮਤਲਬ ਹੁੰਦਾ ਜ਼ੂਮਾਨੀ ਇਹ ਹੁਣ ਗੱਲਾਂ ਜਿਹੜੀ ਜ਼ੂਮਾਨੀ ਨੇ ਨਾ ਇਹ ਵੱਡੇ ਵੱਡੇ ਸੈਲਿਬ੍ਰਿਟੀ ਨੇ ਵੀ ਕੀਤੀ ਹੋਈਆਂ ਥੀਏਟਰ ਦੀ ਤੁਹਾਨੂੰ ਵਖਾਵਾ ਤੁਹਾਨੂੰ YouTube ਤੇ ਬਾਬਰ ਮਤੈਨੂੰ ਸਹੀ ਗੱਲ ਦੱਸਾਂ ਹਜੇ ਤੱਕ ਤੈਨੂੰ ਸਹੀ ਤਰ੍ਹਾਂ ਕੋਟਣੀ ਪਈ ਜਿੱਦਣ ਤੈਨੂੰ ਸਹੀ ਕੋਟ ਪੈ ਗਈ ਤੂੰ ਡਰਿਆ ਕਰਨਾ ਜਿਹਦੇ ਸਵਾਲ ਕਰਨ ਤੇ ਓਏ ਮੈਂ ਇੰਜ ਦੇ ਸਵਾਲ ਕਰਨੇ ਨਹੀਂ ਤੇ ਮੈਂ ਤੁਹਾਡੇ ਨਾਲ ਬਾਰ ਬਾਰ ਕਰਦੇ ਰਹਿਣਾ ਹੀ ਓ ਕਰਦਾ ਰੋ ਫਿਰ ਓ ਯਾਰ ਇਹਨੂੰ ਸਮਝਾ ਓਏ ਰਾਣਾ ਸਾਹਿਬ ਮੇਰਾ ਖਿਆਲ ਹੈ ਕਿ ਤੁਹਾਡੀ ਉਹ ਜਿਹੜੀ ਅੰਦਰ ਕੋਈ ਸ਼ਰਮ ਵਾਲੀ ਚੀਜ਼ ਹੈ ਨਾ ਉਹ ਤੁਹਾਡੇ 'ਚ ਨਹੀਂ ਹੈਗੀ ਤੂੰ ਇੰਜ ਦੇ ਸਵਾਲ ਕਰਨੇ ਨੇ ਆ ਮੈਂ ਇੰਜ ਦੇ ਕਰਨੇ ਨੇ ਮੈਂ ਤੇਰੇ ਤੋਂ ਬਾਅਦ ਅਲੱਗਾ ਵੀਡੀਓ ਕਰਨੀ ਹੈ ਤੇ ਮੈਂ ਪੁੱਛ ਲੈਣਾ ਇਹ ਗੱਲ ਮੇਰੀ ਨਹੀਂ ਲੈਣਾ ਤੂੰ ਕਿਉਂ ਕਰਨੀ ਹੈ ਮੈਂ ਤੈਨੂੰ ਸੁਣਾ ਉਹ ਆਪਾਂ ਬਾਅਦ ਤੂੰ ਆਪਣੀ ਓਏ ਇੱਥੇ ਪਾਉ ਨਾ ਜਰਾ ਨਹੀਂ ਤਾਂ ਹੱਡੀਆਂ ਕੀਤੀਆਂ ਸਾਡੇ ਅੱਗੇ ਆਉਣੀਆਂ ਨੇ ਮਾਮਾ ਆਪਾਂ ਬਾਅਦ ਦੇ ਆਪਣਾ ਮੇਰੇ ਘਰ ਕਰੇਗਾ ਮੈਂ ਕਰਾਂਗਾ ਜਵਾਬ ਨਾਜ਼ਰੀਨ ਇਹ ਸਾਡੇ ਨਾਲ ਅਮਜਦ ਰਾਣਾ ਸਾਹਿਬ ਦੀ ਜਿਹੜੀ ਗੁਫ਼ਤਗੂ ਹੋਈ ਏ ਇਹਦੇ ਬਾਰੇ ਤੁਸੀਂ ਕਮੈਂਟਸ ਕਰਨਾ ਬੇਸਕਿ ਮੇਰਾ ਮਕਸਦ ਇਹ ਰਹਾਣਾ ਸਾਡਾ ਭਾਈ ਵੀ ਹੈ ਸਾਡਾ ਯਾਰ ਵੀ ਹੈ ਡਰਾਮਾ 61 ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਜਿਹੜਾ ਹੈ ਉਹ ਬਸਤਾ ਹੈ ਇਹਨੂੰ ਚੱਲਣਾ ਚਾਹੀਦਾ ਹੈ ਬਲਕਿ ਇਹਨੂੰ ਸਰਵਾਈਵ ਕਰਨਾ ਚਾਹੀਦਾ ਹੈ ਇਹਨੂੰ ਫਲਣਾ ਫੁਲਣਾ ਚਾਹੀਦਾ ਹੈ ਔਰ ਮੈਂ ਸਮਝਦਾ ਕਿ ਛੋਟੇ ਸ਼ਹਿਰਾਂ 'ਚ ਵੀ ਥੀਏਟਰ ਹੋਣੇ ਚਾਹੀਦੇ ਨੇ ਜੇ ਤੁਹਾਨੂੰ ਸਾਡਾ ਚੈਨਲ ਤੇ ਸਾਡੀ ਵੀਡੀਓ ਪਸੰਦ ਆਈਏ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰਵਕਤ ਮਿਲਦੀਆਂ ਰਹਿਣ ਬਿਸਮਿਲ੍ਲਾ ਰਹਿਮਨ ਰਹਿੀਮ ਨਾਜ਼ਰੀਨ ਤੁਹਾਡੀ ਖਿਦਮਤ ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬਹਿਗੁਰ ਤੁਸੀਂ ਵੇਖ ਰਹੇ ਹੋ ਆਪਣਾ ਏਬੀਐਚਜੀ ਟੀਵੀ ਨਾਜ਼ਰੀਨ ਮੈਂ ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਹਿਲੇ ਵੀ ਵੀਡੀਓ ਦੇਖ ਰਹੇ ਹੋ ਪੈਸੇ ਤੇ ਮੈਂ ਹਮੇਸ਼ਾ ਜਿਹਦੇ ਨਾਲ ਵੀ ਗੱਲ ਕੀਤੀ ਏ ਹਰ ਬੰਦਾ ਮੈਨੂੰ ਇੰਟਰਵਿਊ ਦੇਣ ਤੇ ਤੇ ਐਗਰੀ ਹੋ ਜਾਂਦਾ ਹੈ ਲੇਕਿਨ ਜਦੋਂ ਮੈਂ ਗੱਲ ਉਹ ਹੱਕ ਦੀ ਕਰਨਾ ਜਾਂ ਕੋਈ ਗੱਲ ਮੈਂ ਕਰਨਾ ਵਾਂ ਐਸੀ ਲੇਕਿਨ ਹਰ ਬੰਦਾ ਉਹਦੇ ਤੋਂ ਚਿੜ ਜਾਂਦਾ ਹੈ ਤੇ ਮੇਰੇ ਨਾਲ ਨੇ ਜੀ ਅਮਜਦ ਰਾਣਾ ਸਾਹਿਬ ਅਮਜਦ ਰਾਣਾ ਸਾਹਿਬ ਨਾਲ ਵੀ ਅੱਜ ਮੈਂ ਕੁਝ ਤਲਖ ਗੱਲਾਂ ਕਰਨੀਆਂ ਚਾਹਨਾ ਵਾਂ ਮੈਨੂੰ ਨਹੀਂ ਪਤਾ ਕਿ ਅੱਛਾ ਰਾਣਾ ਸਾਹਿਬ ਅਗਰ ਮੈਂ ਤੁਹਾਡੇ ਨਾਲ ਕੋਈ ਗੱਲ ਇਹੋ ਜੀ ਪੁੱਛ ਲਵਾਂ ਤੇ ਤੁਸੀਂ ਵੀ ਉਹ ਚਿੜ ਹੋ ਗਈਆਂ ਮੁਹੱਬਤ ਨਾਲ ਜਵਾਬ ਦੇਓਗੇ ਉਹ ਇੰਟਰਵਿਊ ਕਰਨ ਆਏ ਆ ਬਾਬਰ ਇੰਟਰਵਿਊ ਕਰ ਤੂੰ ਕਿਉਂ ਗਲਤ ਗੱਲ ਪੁੱਛਣੀ ਐਵੇਂ ਚਪਾਣਾ ਹੀ ਮੈਂ ਨਹੀਂ ਮੇਰੇ ਨਾਲ ਨਾ ਕੋਈ ਗਲਤ ਗੱਲ ਕਰੀ ਤੇਰੀ ਮਿਹਰਬਾਨੀ ਕਰਨਾ ਇੰਟਰਵਿਊ ਕਰਨੇ ਤਾਂ ਚੁੱਕ ਕੈਮਰਾ ਤੇ ਦੌੜ ਲਾਏ ਤੂੰ ਨਹੀਂ ਕੈਮਰਾ ਚੱਲ ਰਿਹਾ ਮੈਂ ਕੋਈ ਛੁਗਲ ਨਾ ਗੱਲ ਨਹੀਂ ਕਰ ਰਿਹਾ ਕੈਮਰਾ ਚੱਲ ਰਿਹਾ ਤੂੰ ਉਹਨੂੰ ਪਈਏ ਲਵਾਏ ਹੋਣਗੇ ਚੱਲ ਰਿਹਾ ਨਾ ਮੈਨੂੰ ਕੀ ਕਹਿਣ ਡਿਆ ਐਂਜ ਦੀ ਗੱਲ ਨਹੀਂ ਬਾਬਰ ਸਾਹਿਬ ਕਰਨੀ ਦੇਖੋ ਤੁਸੀਂ ਨਾਲੇ ਤੇ ਸਾਡਾ ਇੰਟਰਵਿਊ ਲੈ ਆਏ ਨੇ ਨਾਲੇ ਸਾਨੂੰ ਬੇਸਤ ਕਰ ਜੰਨਾ ਨਹੀਂ ਨਹੀਂ ਬੇਸਤ ਕਰਨ ਵਾਲੀ ਕਿਹੜੀ ਗੱਲ ਹੈ ਹੋਰ ਕਿਹੜੀ ਹੈ ਕਿ ਮੈਂ ਤੇਨਾਂ ਐਂਜ ਦਾ ਸਵਾਲ ਕਰਾਂਗਾ ਤੇ ਤੂੰ ਅੱਗੇ ਬੁਰਾ ਨਾ ਬਣਾਇ ਜੇ ਬੁਰਾ ਬਣਾਉਣ ਵਾਲੀ ਗੱਲ ਏ ਤੂੰ ਉਹਨੂੰ ਮੈਂ ਬੁਰਾ ਨਹੀਂ ਬਣਾਣਾ ਤੇ ਹੋ ਨਹੀਂ ਮੈਂ ਵੀ ਕੈਸੀ ਬੇਵਕੂਫੀ ਏ ਕਿ ਕਹਿਂਦੇ ਆ ਬੁਰਾ ਮਨਾਉਣ ਵਾਲੀ ਗੱਲ ਕਰਾਂ ਤੇ ਬੁਰਾ ਨਾ ਮਨਾਈ ਉਹ ਹੈ ਹੀ ਬੁਰਾ ਮਨਾਉਣ ਵਾਲੀ ਗੱਲ ਏ ਤੇ ਬੁਰਾ ਕਿਉਂ ਨਾ ਬਣਾਵਾ ਅੱਛਾ ਮੈਂ ਸਿਰਫ ਇਹ ਕਹਿਣਾ ਚਾਹਨਾ ਆਪਣੇ ਕਦੀ ਤੂੰ ਕਮੈਂਟਸ ਜਿਹੜੇ ਨੇ ਉਹ ਥੱਲੇ ਆਪਣੀ ਵੀਡੀਓ ਦੇ ਥੱਲੇ ਕਦੀ ਕਮੈਂਟਸ ਪੜੇ ਨੇ ਤੂੰ ਹਾਂ ਕੀ ਲਿਖੇ ਹੁੰਦੇ ਨੇ ਅੱਛੇ ਵੀ ਹੁੰਦੇ ਨੇ ਬੁਰੇ ਵੀ ਹੁੰਦੇ ਨੇ ਅੱਛੇ ਕਿੰਨੇ ਹੁੰਦੇ ਨੇ ਬੁਰੇ ਕਿੰਨੇ ਹੁੰਦੇ ਨੇ ਬੁਰੇ 1 ਲੱਖ ਹੁੰਦੇ ਨੇ ਤੇ 6 50 ਹਜ਼ਾਰ ਹੁੰਦੇ ਨੇ ਨਹੀਂ 50000 ਵੀ ਨਹੀਂ ਹੁੰਦੇ 5000 ਵੀ ਨਹੀਂ ਉਹ ਭਾਜੀ ਤੁਸੀਂ ਮੇਰੇ ਕਮੈਂਟਸ ਵੇਖਿਆ ਹੀ ਨਹੀਂ ਫਿਰ ਬਾਬਰ ਉਹ ਕੱਢ ਵੀਡੀਓ YouTube ਤੋਂ ਤੇ ਵੇਖ ਮੇਰੇ ਕਮੈਂਟਸ ਉਹ ਮੈਨੂੰ 1 ਕਰੋੜ ਵੀ ਕਮੈਂਟਸ ਆਏ ਆ ਗੰਦਾ ਯਾਰ ਦੇ ਮੇਰੀ ਗੱਲ ਸੁਣ ਜਿਹੜਾ ਗੰਦਾ ਲਿਖਦਾ ਨਾ ਉਹ ਕਿਉਂ ਗੰਦਾ ਲਿਖਦਾ ਉਹਨੂੰ ਪੁੱਛ ਕਿ ਤੂੰ ਕਿਉਂ ਗੰਦਾ ਲੇਖਣਾ ਤੂੰ ਮੇਰੇ ਲਈ ਦੁਆ ਕਿਉਂ ਨਹੀਂ ਕਰਦਾ ਤੂੰ ਗੰਦਾ ਲੇਖ ਕੇ ਤੇ ਮੈਨੂੰ ਮੇਰੀ ਸਲਾਹ ਕਰ ਮੈਨੂੰ ਗੰਦਾ ਕਿਉਂ ਲੇਖਣਾ ਉਹ ਯਾਰ ਮੈਂ ਨਹੀਂ ਲਿਖ ਰਿਆ ਲੋਕ ਲਿਖਦੇ ਨੇ ਉਹ ਯਾਰ ਲੋਕ ਲਿਖਦੇ ਨੇ ਨਾ ਮੈਂ ਉਹਨਾਂ ਨੂੰ ਹੀ ਕਹਿ ਰਿਆ ਕਿ ਸਾਡੀ ਸਲਾਹ ਕਰੋ ਭਾਈ ਜਾਨ ਸਾਡੀ ਸਲਾਹ ਕਰੋ ਸਾਨੂੰ ਸਮਝਾਓ ਗੰਦਾ ਨਾ ਲਿਖ ਤੂੰ ਲਿਖਦੇ ਰਹੇ ਨੇ ਥੱਲੇ ਕਿ ਭਈ ਇਹ ਗੰਦੀ ਗੰਦ ਕਰਨਾ ਛੱਡ ਦੇ ਗੰਦ ਕਰਨਾ ਛੱਡ ਦੇ ਹੋਰ ਤੈਨੂੰ ਕੀ ਕੀ ਕਹਿ ਰਹੇ ਨੇ ਉਹ ਤੇ ਰਾਈਟ ਹੈਂਡ ਡਾਇਰੈਕਟਰ ਲਿਆ ਨਾ ਮੁਲਕ ਵਿੱਚ ਇੱਥੇ ਲਿਆ ਕੋ ਨਵਾਂ ਡਰਾਮਾ ਲਿਖਣ ਵਾਲਾ ਕੋ ਬੰਦਾ ਲਿਆ ਤੇ ਅਸੀਂ ਕਰਨ ਕਰਨੇ ਆ ਇੱਥੇ ਸਾਰੇ ਐਕਟਰਾਂ ਨੂੰ ਸਿੱਧਾ ਕਰਨਾ ਮੇਰੇ ਪਿੱਛੇ ਹੀ ਪੈ ਗਏ ਤੂੰ ਨਹੀਂ ਨਹੀਂ ਅੱਛਾ ਮੇਰੀ ਗੱਲ ਸੁਣ ਜੋ ਤੂੰ ਕਰਨਾ ਸਾਰੇ ਐਕਟਰ ਉਹ ਹੀ ਕਰ ਰਹੇ ਹਾਂਜੀ ਤੇ ਭਾਈ ਵੇਖੋ ਮੇਰੀ ਗੱਲ ਸੁਣੋ ਬਾਬਰ ਸਾਹਿਬ ਤੁਸੀਂ ਵੀ ਇੱਥੇ ਹੀ ਵੱਸਦੇ ਹੋ ਮੈਂ ਦੇਖਣ ਆਲੇ ਨਹੀਂ ਵੀ ਕਹਿਣਾ ਜਦੋਂ ਵੀ ਸਮਝਾਓ ਨਾ ਪਹਿਲੇ ਉੱਤੇ ਫਿਰ ਥੱਲੇ ਆਸ-ਆਸਤਾ ਆਓ ਜਦੋਂ ਸਾਡੇ ਤੂੰ ਉੱਤੇ ਵੇਖੋ ਕੀ ਹੋ ਰਿਹਾ ਤੇ ਜੇ ਅਸੀਂ ਉਹ ਉਹ ਅਸੀਂ ਤੇ ਉਹ ਹੀ ਕਰਨਾ ਹੈ ਨਾ ਫਾਲੋ ਕਿਹਨੂੰ ਕਰਨਾ ਹੈ ਇਹ ਗੱਲ ਮੈਨੂੰ ਦੱਸ ਨਹੀਂ ਅੱਜ ਅੱਛਾ ਮੈਨੂੰ ਇੱਕ ਗੱਲ ਨਾਜ਼ਰਿਨ ਮੈਂ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਨਹੀਂ ਕਰਨ ਵਾਲੀਆਂ ਆਨ ਕੈਮਰਾ ਲੇਕਰ ਮੈਂ ਕਰਾਂਗਾ ਇਹ ਦੱਸੋ ਕਿ ਪੂਰੇ ਗੁਜਰਾਂ ਵਾਲੇ ਦੇ ਵਿੱਚੋਂ ਹੂੰ ਗੁਜਰਾਂ ਵਾਲੇ ਡਿਵੀਜ਼ਨ ਦੇ ਵਿੱਚ ਇਸ ਟਾਈਮ ਜਿੰਨੇ ਆਰਟਿਸਟ ਨੇ ਉਹਨਾਂ ਚੋਂ ਸਭ ਤੋਂ ਅੱਛੀ ਫੀਸ ਕਿਦੀ ਹੈ ਸਭ ਤੋਂ ਅੱਛੇ ਪੈਸੇ ਕੌਣ ਲੈ ਰਿਹਾ ਉਹਦੇ ਵਿੱਚ ਸਭ ਤੋਂ ਅੱਛੇ ਪੈਸੇ ਮੈਂ ਹੀ ਲੈ ਰਿਆ ਤੂੰ ਲੈ ਰਿਆ ਨਾ ਕਾਦ ਲੈ ਰਿਆ ਮੈਂ ਆਪਣੇ ਕੰਮ ਕਰਨ ਦੇ ਕਿਹੜੇ ਕੰਮ ਦੇ ਐ ਮਿਸਟਰੀਆਂ ਦੇ ਮਿਸਤਰੀਆਂ ਦੇ ਗਾਲਾਂ ਕੱਢਣ ਕਿਹੜੀਆਂ ਗਾਲਾਂ ਕਿਦੋਂ ਮੈਂ ਤੈਨੂੰ ਗਾਲ ਕੱਢੀਏ ਕਿਦੋਂ ਮੈਂ ਤੈਨੂੰ ਕਿਹਾ ਕਿ ਤੂੰ ਐਮੀ ਨਹੀਂ ਇਹ ਇਹ ਗਾਲਾਂ ਨਹੀਂ ਇਹ ਤਾਂ ਇਹ ਗਾਲਾਂ ਨਹੀਂ ਭਾਈ ਜਨ ਪਿਆਰ ਹੈ ਨਹੀਂ ਲੇਕਿਨ ਮੇਰੀ ਗੱਲ ਸੁਣ ਰਾਣਾ ਤੇਰੇ ਚ ਸ਼ਰਮਨਾ ਦੀ ਕੋਈ ਚੀਜ਼ ਹੈ ਬਾਜੀ ਤੁਹਾਡੇ ਚ ਹੈ ਕਿਸ ਗੰਦੇ ਬੰਦੇ ਦਾ ਇੰਟਰਵਿਊ ਤੂੰ ਲੈ ਰਹੀਆਂ ਯਾਰ ਉਹ ਕੀ ਬਹਾਨਾ ਹੀ ਲੋਕਾਂ ਨੂੰ ਨਹੀਂ ਇੰਟਰਵਿਊ ਨਾ ਲਵਾ ਤੇਰਾ ਨਾ ਲੈ ਮੇਰਾ ਮੇਰਾ ਇੰਟਰਵਿਊ ਨਾ ਲਿਆ ਮੇਰਾ ਮੂੰਹ ਤੇ ਪਾ ਕੇ ਤੇ ਸੋਈ ਕੁੜੀਆਂ ਵੀ ਤੇਰੇ ਨਾਲ ਖਲੋਣ ਲੱਗੀਆਂ ਸ਼ਰਮ ਆਉਂਦੀ ਉਹਨਾਂ ਕਿਹੜੀ ਕੁੜੀ ਨੂੰ ਸ਼ਰਮ ਆਉਂਦੀ ਹੈ ਕੁੜੀਆਂ ਫਕਰ ਮਹਿਸੂਸ ਕਰਤੀਆਂ ਨੇ ਹਰੇ ਕਿੱਥੋਂ ਆ ਗਿਆ ਤੂੰ ਅੱਜ ਕੁੜੀਆਂ ਤਾਂ ਕਹਿੰਦੀਆਂ ਨੇ ਰਾਣਾਲਾ ਹੋਵੇ ਤੇ ਅਸੀਂ ਬਲੇਡ ਮਾਰ ਲਾਂਗੀਆਂ ਹਾਂ ਰਾਣਾ ਨਾ ਹੋਵੇ ਤੇ ਬਲੇਡ ਮਾਰ ਲਾਂਗੀਆਂ ਤੈਨੂੰ ਯਾਰ ਰਾਣਾ ਸਾਹਿਬ ਮੇਰਾ ਖਿਆਲ ਹੈ ਕਿ ਤੁਹਾਡੀ ਉਹ ਜਿਹੜੀ ਅੰਦਰ ਕੋਈ ਸ਼ਰਮ ਵਾਲੀ ਚੀਜ਼ ਹੈ ਨਾ ਉਹ ਤੁਹਾਡੇ 'ਚ ਨਹੀਂ ਹੈਗੀ ਤੂੰ ਇੰਜ ਦੇ ਸਵਾਲ ਕਰਨੇ ਨੇ ਅਮੈਂ ਇੰਜ ਦੇ ਕਰਨੇ ਨੇ ਓਏ ਪੀਜ਼ਾ ਰਹਿਣ ਦੇ ਬਾਬਰ ਕਹਿੰਦਾ ਮੈਂ ਚਪੀੜਾਂ ਹੀ ਖਾਣੀਆਂ ਨੇ ਮਤਲਬ ਪੀਜ਼ਾ ਮਨਾ ਕਰ ਤੇ ਮੈਂ ਤੂੰ ਐ ਹੀ ਨਹੀਂ ਪੀਜ਼ੇ ਵਾਲਾ ਮੂੰਹ ਹੀ ਨਹੀਂ ਕਸਮ ਕਸਮ ਖਾ ਤੂੰ ਪੀਜ਼ਾ ਕਿਹਾ ਤੂੰ 버거 ਵੀ ਕਿਹਾ ਨਹੀਂ ਮੈਂ ਪੀਜ਼ਾ ਸ਼ਵਾਰਮਾ ਵੀ ਕਿਹਾ ਓ ਮੈਂ ਪੀਜ਼ਾ ਕਿਹਾ ਸੀ ਮੈਂ ਕਿਹਾ ਚਲੋ ਬਾਬਰ ਸਾਹਿਬ ਆ ਰਹੇ ਨੇ ਇੰਟਰਵਿਊ ਲੈਣ ਤੇ ਆ ਪੀਜ਼ਾ ਖਾਣ ਵਾਲਾ ਮੂੰਹ ਹੀ ਨਹੀਂ ਹੈ ਯਾਰ ਤੈਨੂੰ ਤੇ ਮੈਂ ਚਾਹ ਪਤਾ ਨਹੀਂ ਕੱਪ ਕਿੱਥੇ ਹੈ ਤੇਰੇ ਕੱਪ ਚ ਮੈਂ ਕਿਹਾ ਅੱਗੋਂ ਕੋਈ ਚਾਹ ਵੀ ਨਾ ਪੀਵੇ ਓਏ ਹਿਆ ਕਰ ਰਾਣਾ ਐਡੀ ਆਕੜ ਵੀ ਚੰਗੀ ਨਹੀਂ ਹੁੰਦੀ। ਓਹ ਛੱਡ ਤੇ ਆਕੜ ਤੂੰ ਪਤਾ ਨਹੀਂ ਕਿੰਜ ਦੇ ਸਵਾਲ ਕਰਨ ਡਿਆ ਅੱਜ ਮੇਰੇ ਨਾਲ। ਤੇਰੇ ਵਰਗੇ ਤੈਨੂੰ ਚਾਹੀਦਾ ਸਾਨੂੰ ਚੁੱਕਣਾ ਤੂੰ ਸਾਨੂੰ ਛੁੱਟਣ ਡਿਆ। ਉਸ ਵਕਤ ਤੋਂ ਡਾਰੇ ਤੇਰੇ ਵਰਗੇ ਆਲੂ ਗੰਡੇ ਵੀ ਲਾ ਲੈਂਦੇ ਨੇ। ਓਏ ਆਲੂ ਗੰਡੇ ਲਾ ਲਾਂਗੇ ਤੇ ਉੱਥੇ ਵੀ ਅਸੀਂ ਅਲਮਦੁਲਿਲਾ ਐਂਜੀ ਵੇਚਣੇ ਨੇ ਆਏ ਓ ਨੰਗੇ ਆਲੂ ਜੇ। ਨੰਗੇ ਓਏ ਹਿਆ ਕਰ ਮੇਰੀ ਗੱਲ ਸੁਣਾ ਹਿਆ ਕਰ ਹਿਆ ਕਰ। ਛੱਲੇ ਓਏ। ਕਿਲੇ ਹੋਏ ਜ਼ੂ ਮੈਨੀ ਗੱਲ ਦਾ ਤੈਨੂੰ ਪਤਾ ਹੀ ਨਹੀਂ ਉਸ ਉਸ ਵਕਤ ਤੋਂ ਬੰਦੇ ਨੂੰ ਡਰਨਾ ਚਾਹੀਦਾ ਹਾਂ ਨਦੀਮ ਚਟਾਈ ਉਰਾ ਆਇਆ ਕੀ ਹੋਇਆ ਕਾਹਦਾ ਐਨਾ ਰਾਂ ਉਹ ਯਾਰ ਵੀ ਮੇਰੀ ਗੱਲ ਸੁਣ ਤੂੰ ਗੱਲਾਂ ਕਰਨਾ ਨਾ ਸਟੇਜ ਤੇ ਫਕਮ ਇਹ ਕਾਂਡ ਦੇਖ ਲੋ ਉਹ ਸਾਡੇ ਤੇ ਪਾਉਂ ਡਿਆ ਇਹਨੂੰ ਪੁੱਛ ਉਹ ਦੱਸ ਕਿਉਂ ਕਰਨਾ ਹੈ ਗੱਲਾਂ ਮੇਰੀ ਗੱਲ ਸੁਣ ਇਹ ਤੂੰ ਡਾਂਟਿਆ ਨਹੀਂ ਇਸ ਗੱਲ ਤੋਂ ਡਾਂਡੇ ਉਹ ਭਾਈ ਅੱਜ ਕੱਲ ਜਿਹੜਾ ਦੌਰ ਹੈ ਨਾ ਇਹ ਹੈਗਾ ਅਡਲਟ ਅਸੀਂ ਫਲਗਰ ਨਹੀਂ ਕਰਦੇ ਅਸੀਂ ਕਰਨੇ ਆ ਅਡਲਟ ਅਡਲਟ ਦਾ ਮਤਲਬ ਹੁੰਦਾ ਜ਼ੂਮਾਨੀ ਇਹ ਹੁਣ ਗੱਲਾਂ ਜਿਹੜੀ ਜ਼ੂਮਾਨੀ ਨੇ ਨਾ ਇਹ ਵੱਡੇ ਵੱਡੇ ਸੈਲਬ੍ਰਿਟੀ ਨੇ ਵੀ ਕੀਤੀ ਹੋਈਆਂ ਹੈ ਥੀਏਟਰ ਦੀ ਤੁਹਾਨੂੰ ਵਖਾਵਾ ਤੁਹਾਨੂੰ YouTube ਤੇ ਹੁਣ ਚੁੱਪ ਹੋ ਗਏ ਓਏ ਨਿਆਪ ਬੜੀਆਂ ਕੀਤੀਆਂ ਮੇਰੇ ਨਾਲ ਇਹਨਾਂ ਡਰਾਮਾ ਕੀਤਾ ਕੁੜੀਆਂ ਕੀ ਕਹਿੰਦੇ ਨੇ ਕਹਿੰਦੀਆਂ ਸੀ ਕੱਲ ਨਹੀਂ ਆਣਾ ਇਹਨੇ ਉਹਨਾਂ ਦੀਆਂ ਸ਼ਲਵਾਰਾਂ ਲਕਾ ਲਈਆਂ ਹਯਾ ਕਰ ਮੇਰੀ ਗੱਲ ਸੁਣ ਅਸੀਂ ਤੇ ਛੱਡ ਦਿੱਤਾ ਨਾ ਚੱਲ ਅਸੀਂ ਕਰ ਰਹੇ ਸੀ ਨਾ ਛੱਡ ਦਿੱਤਾ ਉਹ ਤੇ ਮਜਬੂਰੀ ਨੂੰ ਛੱਡਈ ਤੈਨੂੰ ਤੜੀ ਲੱਗ ਗਈ ਸੀ ਕਿ ਤੈਨੂੰ ਕੀ ਤੜੀ ਲੱਗ ਗਈ ਸੀ ਆ ਜਿਹਦਾ ਤੂੰ ਇੱਕ ਕੁੜੀ ਨਾਲ ਫੇਰ ਚਲਾਇਆ ਤੇ ਤੈਨੂੰ ਉਹਦੇ ਭਰਾਵਾਂ ਨੇ ਕਿਹਾ ਤੈਨੂੰ ਮਾਰ ਦੇਣਾ ਤੇ ਤੂੰ ਨਿਕਲ ਗਿਆ ਸੇਂਦਾਂ ਦੇ ਪਾਸੇ ਆ ਬੜੇ ਚਵੜਾ ਨਾ ਮਾਰੇਵੇਂ ਲਗਾ ਆਇਆ ਬਾਬਰ ਮੈਂ ਤੈਨੂੰ ਸਹੀ ਗੱਲ ਦੱਸਾਂ ਹਜੇ ਤੱਕ ਤੈਨੂੰ ਸਹੀ ਤਰ੍ਹਾਂ ਕੁੱਟਣੀ ਪਈ ਜਿੱਦਨ ਤੈਨੂੰ ਸਹੀ ਕੁੱਟ ਪੈ ਗਈ ਤੂੰ ਡਰਿਆ ਕਰਨਾ ਜਿਹਦੇ ਸਵਾਲ ਕਰਨ ਤੇ ਓਏ ਮੈਂ ਇੰਜ ਦੇ ਸਵਾਲ ਕਰਨੇ ਨਹੀਂ ਤੇ ਮੈਂ ਤੁਹਾਡੇ ਨਾਲ ਬਾਰ ਬਾਰ ਕਰਦੇ ਰਹਿਣਾ ਹੀ ਅੱਛਾ ਉਹ ਕਰਦਾ ਰੋ ਫਿਰ ਓ ਯਾਰ ਇਹਨੂੰ ਸਮਝਾ ਓਏ ਦੇਖੋ ਬਾਬਰ ਸਾਹਿਬ ਬੜੇ ਕਾਬਲੇ ਇੱਜ਼ਤ ਹੋ ਤੁਸੀਂ ਜਿਹੜੀ ਗੱਲ ਕੋਣ ਕਹਿੰਦੀ ਹੁਣ ਕਿ ਕਹਿਣਾ ਤੇ ਪਹਿਣਾ ਨਾ ਹੁਣ ਦੁਨੀਆ ਵੇਖਣ ਦੇ ਠੀਕ ਕਾਬਲੇ ਇੱਜ਼ਤ ਤੁਸੀਂ ਸਵਾਲ ਸਹੀ ਕਰਿਆ ਕਰੋ ਜਿੰਦਾ ਤੁਹਾਨੂੰ ਅਸੀਂ ਅੱਗੋਂ ਸਹੀ ਜਵਾਬ ਦੇ ਜਿੰਝ ਦੀ ਗੇਂਦ ਮਾਰੋਗੇ ਉਨ ਦੀ ਸਪੀਡ ਨਾਲ ਵਾਪਸ ਆਏ ਚਿੱਟਾ ਸਾਹਿਬ ਮੈਂ ਸਵਾਲ ਮੇਰੀ ਗੱਲ ਸੁਣੋ ਭਾਈ ਚਿੱਟਾ ਸਾਹਿਬ ਦਾ ਕੰਮ ਵੇਖਿਆ ਜੀ ਹੈ ਇਹਨਾਂ ਨੂੰ ਕਿਉਂ ਨਹੀਂ ਪੁੱਛਦੇ ਲੋਹਰੋਂ ਸੀ ਇਹਨਾਂ ਨੂੰ 1,40,000 ਰੁਪਏ ਦੇ ਕੇ ਮੰਗਾਣੇ ਆ ਗੰਦ ਦਾ ਮੰਗਾਣੇ ਆ ਇਹ ਗੱਲ ਪੁੱਛੋ ਸੁ ਨਹੀਂ 1,40,000 ਰੁਪਏ ਕੇ ਕਰਾਵਾ ਬਈ ਇਸ ਗੱਲ ਨੂੰ ਛੱਡ ਦੇ ਨਾ ਨੇ ਸਹੀ ਕਿਹਾ ਨਹੀਂ ਨਹੀਂ ਲੈਂਦਾ ਤੂੰ 1,40 ਹਾਂ ਮਾਮਾ ਡਰਨਾ ਕਿ ਕੋਈ ਜਾਂਦਿਆਂ ਕਰਨ ਤੇ ਲ अच्छा नहीं चिट्टा साहब ने तो मलैदा गल कर लेना मैं लैदा क्यों हम भाया तिनू भाई पहले बैठा ओ प्रोड्यूसर ने नु लोरो बुलाया स्पेशल गंद बोलन ले तू थी 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 थी। मेरे इंटरव्यू गंद गंद बोलन ले, ले। आओ लो जी ਤੁਹਾਡੇ ਮੂੰਹ ਤੇ ਬਹਿ ਘਰਾਣਾ ਕਹੀ ਜਾ ਰਿਹਾ ਮੈਂ ਸੱਚ ਉਹ ਬੇ ਸੱਚ ਕਹਿ ਰਿਹਾ ਬਾਪਰ ਮਿਲਿਆ ਮੈਂ ਨਹੀਂ ਤਾਂ ਆ ਯਾਰ चिट्टा ਲੋਰੋਂ ਜਿਹੜਾ ਗੰਦ ਬੋਲਣਾ ਹੁੰਦਾ ਦੱਸੋ ਜੀ ਯਾਰ ਇਹ ਹੁੰਦੀ ਐਵੇਂ ਮੁਫਤਾ ਨੇ ਜਾਣ ਕੇ ਗੱਲਾਂ ਕਰ ਰਿਹਾ ਸੀ ਕੋਈ ਗੱਲ ਨਹੀਂ ਜੀ اچھا ਰਾਣਾ ਚਿੱਟਾ اچھا ਤੂੰ ਛੱਡ ਇੱਕ ਮਿੰਟ ਖਲੋ ਮੇਰਾ ਛੱਡ ਗਿਆ ਤੂੰ ਤੂੰ ਚਿੱਟੇ ਦਾ ਕੰਮ ਵੇਖਿਆ ਆ ਵੀ ਕਿਹਾ ਸਿੱਧਾ ਚਿੱਟਾ ਤੂੰ ਇਹਦੇ ਨਾਲ ਕਿਉਂ ਨਹੀਂ ਗੱਲ ਕਰਦਾ ਇਹਨੂੰ ਲੋਰੋ ਬੁਲਾਇਆ ਮੈਂ ਤੇ ਲੋਕਲ ਆ ਮੈਂ ਤੇਰੇ ਤੋਂ ਬਾਅਦ ਅਲੱਗਾ ਵੀਡੀਓ ਕਰਨੀ ਹੈ ਤੇ ਮੈਂ ਪੁੱਛ ਲੈਣਾ ਇਹ ਗੱਲ ਮੇਰੀ ਨਹੀਂ ਲੈਣਾ ਤੂੰ ਕਿਉਂ ਕਰਨੀ ਹੈ ਮੈਂ ਤੈਨੂੰ ਸੁਣ ਉਹ ਆਪਾਂ ਬਾਅਦ ਤੂੰ ਆਪਣੀ ਓਏ ਇੱਥੇ ਪਾਉਣਾ ਜਰਾ ਨਹੀਂ ਤਾਂ ਹੱਡੀਆਂ ਕੀਤੀਆਂ ਸਾਡੇ ਅੱਗੇ ਆਉਂਦੀਆਂ ਨੇ ਮਾਮਾ ਆਪਦੇ ਆਪਣਾ ਮੇਰੇ ਘਰ ਕਰੇਗਾ ਮੈਂ ਕਰਾਂਗਾ ਜਵਾਬ ਇਹਨੇ ਦੇਣਾ ਹੀ ਨਹੀਂ ਉਹ ਇੰਟਰਵਿਊ ਕਿਨੇ ਇਹਨੇ ਇਹ ਗੱਲ ਸੱਚੀ ਹੁੰਦੀ ਨਹੀਂ 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 ਚਿੱਟਾ ਸਾਹਿਬ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਿਰਫ ਕਰਨੀਆਂ ਨੇ ਔਰ ਮੈਂ ਆਪਣੀ ਤਰਫੋਂ ਨਹੀਂ ਕਰਨੀਆਂ ਹਾਂ ਮੈਂ ਗੱਲਾਂ ਕਰਨੀਆਂ ਨੇ ਦੇਖੋ ਤੁਹਾਡੇ ਜਿਹੜੇ ਚਾਹਣ ਵਾਲੇ ਨੇ ਨਾ ਤੁਹਾਡੇ ਨਾਲ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਕਮੈਂਟਸ ਨੇ ਰਿਟਰਨ ਮਤਲਬ ਇਹਦੇ ਚ ਕੋਈ ਗੱਲ ਨਹੀਂ ਹੈਗੀ ਮੈਂ ਉਸ ਹਵਾਲੇ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ ਦੇਖੋ ਮੇਰਾ ਸਵਾਲ ਹੈ ਤੁਸੀਂ ਉਹਦੇ ਚ ਜੋ ਮਤਲਬ ਆਪਣੀ ਕਲੀਅਰਸਟ ਦੋ ਤੁਹਾਡਾ ਅਸਲ ਸਵਾਲ ਕੀ ਕਹਿਣਾ ਚਾਹ ਰਹੇ ਹੋ ਕਿਹੜਾ ਕਮੈਂਟ ਹੈਗਾ ਦੱਸੋ ਨਹੀਂ ਮੈਂ ਰਾਣੇ ਨੂੰ ਫਾਰਕ ਹੋ ਕੇ ਮੈਂ ਤੁਹਾਡੇ ਨਾਲ ਲੈਦਾ ਮੈਨੂੰ ਕਿਉਂ ਤੂੰ ਫਾਰਕ ਕਰਨਾ ਮੈਂ ਹੱਲੇ ਬੜਾ ਕੰਮ ਕਰਨਾ ਹੈ ਕਿ ਫਾਰਕ ਕਰਕੇ ਰਾਣੇ ਨੂੰ ਰਾਣਾ ਬਸ ਮੈਨੂੰ ਲਾਸਟ ਉਹ ਆਖਰੀ ਗੱਲ ਇਹ ਦੱਸ ਦੇ ਇਹ ਤੈਨੂੰ ਲੋਕ ਮੁਹੱਬਤ ਵੀ ਕਰਦੇ ਨੇ ਉਹ ਕਹਿੰਦੇ ਨੇ ਕਿ ਅੱਛੀ ਗੱਲ ਕਰ ਅਸੀਂ ਤੈਨੂੰ ਵੇਖਣਾ ਚਾਹੁੰਦੇ ਆ ਭਾਈ ਜਾਨ ਮੈਂ ਅੱਛੀ ਵੀ ਕਰਨਾ ਅੱਛਿਆਂ ਨੂੰ ਅੱਛੀ ਲੱਗਦੀ ਏ ਦੇਖੋ ਜੀ ਜਿਹੋ ਜੀ ਸਾਡੇ ਕੋਲ ਆਡੀਅנס ਆਂਦੀ ਏ ਨਾ ਉਹੋ ਜਿਹਾ ਅਸੀਂ ਕੰਮ ਕਰਦੇ ਜੀ ਸਾਨੂੰ ਤੁਸੀਂ ਫੈਮਿਲੀ ਦੇ ਦਿਓ ਮੈਂ ਵਾਹਦ ਸ਼ਖਸ਼ਮੈਂ ਫਖਰ ਨਾਲ ਨਹੀਂ ਕਹਿੰਦਾ ਮੈਂ ਗੁਜਰਾਂ ਵਾਲਾ ਆਰਟ ਕਾਉਂਸਲ ਦਾ ਹਰ ਫੈਮਿਲੀ ਸ਼ੋਅ ਕਰਨਾ ਵਾ ਉੱਥੇ ਨਹੀਂ ਮੈਂ ਕਦੀ ਗਲਤ ਗੱਲ ਕੀਤੀ ਜਹਾਂ ਪਰ ਜੈਸਾ ਮਾਹੌਲ ਹੈ ਵੈਸਾ ਕੰਮ ਕਰਨਾ ਹੈ ਯਾਂ ਤੇ ਕੋਈ ਬੰਦਾ ਮੈਨੂੰ ਦਵੇ ਨਾ 3 ਕਰੋੜ ਰੁਪਈਆ ਮੈਂ ਕੰਮ ਛੱਡ ਦੇਣਾ ਹਾਜ ਸੁਣਦੇ ਨੇ ਫੇ ਸਾਰੇ 3 ਕਰੋੜ ਰੁਪਈਆ ਕੋਈ ਬੰਦਾ ਮੈਨੂੰ ਦਵੇ ਮੈਂ ਆਪਣਾ ਸੋਨਾ ਕਾਰੋਬਾਰ ਕਰਾਂ ਸਾਨੂੰ ਦੇ ਕਿਸੇ 3 ਲੱਖ ਵੀ ਨਹੀਂ ਦਿੱਤਾ ਤੇ ਛੱਡਦਾ ਉਹ ਯਾਰ ਤੂੰ ਤੇ ਭਰਾਵਾ ਚਵਲ ਸੈਂ ਨਾ ਵੇ ਉਹਨੂੰ ਗੱਲ ਅੱਛਾ ਤੂੰ ਤੂੰ ਚਵਲ ਨਹੀਂ ਨਹੀਂ ਆਈ ਐਮ ਆਰਟਿਸਟ ਅੱਲਾ ਦੇ ਫਜ਼ਲ ਨਾਲ ਠੀਕ ਹੈ ਗਲਤੀਆਂ ਵੀ ਸਾਡੇ ਕੋਲ ਹੁੰਦੀਆਂ ਨੇ ਇਨਸਾਨ ਖਤਾਖਾਰ ਐ ਇਹਦੇ ਚ ਇਨਸਾਨ ਉਹਨੂੰ ਨਹੀਂ ਸਜ਼ਾ ਦੇ ਸਕਦਾ ਉਹ ਦੁਆ ਕਰੇ ਸਾਡੇ ਲਈ ਅੱਲਾ ਅਗੇ ਕਿ ਯਾ ਅੱਲਾ ਇਹਨਾਂ ਨੂੰ ਹਿਦਾਇਤ ਤਾ ਫਰਮਾ ਇਨਸਾਨ ਕੌਣ ਹੁੰਦਾ ਦੂਸਰੇ ਇਨਸਾਨ ਨੂੰ ਕਿਉਂਕਿ ਇਨਸਾਨ ਗਲਤੀ ਦਾ ਪੁੱਤਲਾ ਐ ਫੇਰ ਵੀ ਜਿਹੜੇ ਲੋਕ ਸਾਨੂੰ ਕਮੈਂਟਸ ਕਰਦੇ ਨੇ ਮੈਂ ਉਹਨਾਂ ਦਾ ਥੈਂਕਸਫੁਲ ਹਾਂ ਉਹ ਸਾਨੂੰ ਸਮਝਾ ਰਹੇ ਨੇ ਇਨਸ਼ਾ ਅੱਲਾਹ ਤਾਲਾ ਅਸੀਂ ਰਾਹੇ ਰਾਸਤੇ ਆਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਭਾਈ ਜਾਨ ਜਿਹੜੇ ਲੋਕ ਤੁਸੀਂ ਕਮੈਂਟਸ ਕਰਦੇ ਹੋ ਇਹ ਸਾਨ ਨਹੀਂ ਜਿਆ ਕਦੀ ਇਸ ਗਲਦਲ ਚ ਆ ਕੇ ਵੇਖੋ ਨਾ ਮੈਂ ਇਸ ਡਰਾਮੇ ਦੇ ਵਿੱਚ ਮਸਤਾਨਾ ਸਾਹਿਬ ਨੂੰ ਸੇਲ ਹੈ ਮਸਾਬ ਨੂੰ ਖਾਲਦ ਬਾਸ ਢਾਰ ਨੂੰ ਇਹ ਸਾਰੇ ਗੁਜਰਾ ਵਾਲੇ ਦੇ ਰਹਿਮਾਨੁੱਲਾਹ ਸਾਹਿਬ ਨੂੰ ਵੇਖਿਆ ਐ ਸਾ ਤੇ ਠੀਕ ਹੈ ਅੱਗੂ ਇਹਦੀ ਸ਼ਕਲ ਚੇਂਜ ਹੁੰਦੀ ਗਈ ਦੇਖੋ ਪਹਿਲੇ ਜਦੋਂ ਫਨਕਾਰ ਸਨ ਨਾ YouTube ਸੀ ਨਾ ਕੋਈ Google ਸੀ ਤੁਸੀਂ ਨਾ ਤੁਹਾਡੇ ਹੱਥ ਵਿੱਚ ਦੁਨੀਆ ਸੀ ਤੁਸੀਂ ਸਿੱਧੇ ਜਾ ਰਹੇ ਸੋ ਨਾ ਮਾਸ਼ਰਾ ਇੰਨਾ ਬੋਲਡ ਸੀ ਹੁਣ ਤੁਸੀਂ ਦੇਖੋ ਕੀ ਬਿਆ ਟਾਈਮ ਹੀ ਨਹੀਂ ਆ ਕਿਸੇ ਕੋਲ ਅੱਛੀ ਗੱਲ ਕਰੀਏ ਲੋਕੀ ਕਹਿੰਦੇ ਨੇ ਬਾਸ ਭਾਈ ਹੁਣ ਅੱਛੀਆਂ ਗੱਲਾਂ ਕਰ ਰਹੀ ਇੰਜ ਦਾ ਦਿਲ ਤੋੜਦੇ ਨੇ ਬਾਪੂ ਸਾਹਿਬ ਤੁਸੀਂ ਆਪਣਾ ਸਿਆਪਾ ਪਾਏ ਆ ਅੱਛਾ ਨਾਜ਼ਰੀਨ ਪਹਿਲਾਂ ਤੇ ਰਾਣਾ ਸਾਹਿਬ ਜਿਹੜੇ ਨੇ ਸਾਡੇ ਭਾਈ ਵੀ ਨੇ ਛੋਟੇ ਮੇਰਾ ਯਾਰ ਵੀ ਹੈ ਬਿਹਤਰੀਨ ਡੰਗਰ ਹੈ ਉਹਨੂੰ ਇਹ ਨਹੀਂ ਪਤਾ ਕਿ ਮੈਂ ਗੱਲ ਕੀ ਕਰ ਰਿਹਾ ਗੱਲ ਤੇ ਮੈਂ ਕਰ ਰਿਹਾ ਕਿ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਉਹਨਾਂ ਦੇ ਤੁਹਾਡੇ ਬਾਰੇ ਚ ਸਵਾਲ ਨੇ ਮੈਂ ਨਹੀਂ ਤੁਹਾਨੂੰ ਸਵਾਲ ਕਰ ਰਿਹਾ ਯਾਰ ਉਹਨਾਂ ਨਾਲ ਹੀ ਮੈਂ ਗੱਲ ਕਰ ਰਿਹਾ ਜਿਸ ਤਰ੍ਹਾਂ ਹੈ ਨਾ ਲਾਹੌਰ ਪੁੱਛਦਾ ਹੈ ਪਾਕਿਸਤਾਨ ਪੁੱਛਦਾ ਹੈ ਲੋਕ ਪੁੱਛਦੇ ਹਨ ਮੈਂ ਉਹਨਾਂ ਦੀ ਗੱਲ ਲੈ ਕੇ ਭਾਈ ਮੈਂਨੇ ਲੋਕੋ ਕੋ ਆਪਣੇ ਦਿਲ ਕੀ ਬਾਤ ਬਤਾਦੀ ਹੈ ਆ ਤੇ ਜਿਹੜੀਆਂ ਤੂੰ ਹੋਣੇ ਦੇ ਚਪਲਾ ਮਾਰੀਆਂ ਨੇ ਜਿਹੜੀਆਂ ਤੂੰ ਬਕਾਇਦਾ ਗਾੜਾ ਗੱਡੀਆਂ ਨੇ ਲਾ ਦੇ ਵਿੱਚ ਮੈਂ ਇਹਦੇ ਚ ਲਾਰੇ ਆਪੇ ਚੈਨਲ ਬੈਨ ਕਰਾ ਲੇਗਾ ਨਰੇ ਚੈਨਲ ਨਹੀਂ ਬੈਨ ਹੁੰਦਾ ਹੁੰਦਾ ਕਿਉਂ ਨਹੀਂ ਹੁੰਦਾ ਮੈਂ ਕਰਾਵਾਂਗਾ ਲੇਕਿਨ ਤੇਰੀ ਸਲੀਅਤ ਸਾਹਮਣੇ ਆ ਜਾਏਗੀ ਮੇਰੀ ਕਾਰੀ ਇਸਲੀਅਤ ਸਾਹਮਣੇ ਆਏਗੀ ਮੈਂ ਤੇ ਬਾਬਰ ਸਾਹਿਬ ਹੱਲ ਤੁਹਾਨੂੰ ਮਾਰਨਾ ਸੀ ਮੈਂ ਕੁਹਾੜੇ ਮੰਗਾਏ ਨੇ ਉਹ ਹੁਣ ਮੈਂ ਨਹੀਂ ਚਲੋ ਕੱਟਦਾ ਮੈਂ ਥੋੜਾ ਥੋੜਾ ਤੁਹਾਡਾ ਮੂੰਹ ਰਗੜ ਕੇ ਕੱਲ ਨਹੀਂ ਜਿਹੜਾ ਐਡਾ ਬਾਬਗੜ ਬਿੱਲੇ ਜਿਹੜਾ ਮੂੰਹ ਕੱਢਿਆ ਨਾ ਤੇ ਆਏ ਜਾਂਦੇ ਉਹ ਕਹਿ ਰਿਹਾ ਹੈ ਇੰਟਰਵਿਊ ਹੈ ਤੇ ਕੋ ਸਾਡੀ ਇਨਸਲਟ ਮੈਂ ਜ਼ਰਾ ਪਾਣੀ ਪੀ ਓਏ ਆਪਣੇ ਗਲਾਸ ਚ ਪੀਣੀ ਨਾਜ਼ਰੀਨ ਏ ਸਾਡੇ ਨਾਲ ਅਮਜਦ ਰਾਣਾ ਸਾਹਿਬ ਦੀ ਜਿਹੜੀ ਗੁਫ਼ਤਗੂ ਹੋਈ ਏ ਇਹਦੇ ਬਾਰੇ ਤੁਸੀਂ ਕਮੈਂਟਸ ਕਰਨਾ ਬੇਸਿਕ ਮੇਰਾ ਮਕਸਦ ਇਹ ਰਾਣਾ ਸਾਡਾ ਭਾਈ ਵੀ ਏ ਸਾਡਾ ਯਾਰ ਵੀ ਏ ਡਰਾਮਾ ਈ ਕਾਰਟ ਏ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਜਿਹੜਾ ਆ ਉਹ ਅਵਸਤਾ ਇਹਨੂੰ ਚੱਲਣਾ ਚਾਹੀਦਾ ਬਲਕਿ ਇਹਨੂੰ ਸਰਵਾਈਵ ਕਰਨਾ ਚਾਹੀਦਾ ਇਹਨੂੰ ਫਲਣਾ ਫੁਲਣਾ ਚਾਹੀਦਾ ਔਰ ਮੈਂ ਸਮਝੀ ਨਾ ਕਿ ਛੋਟੇ ਸ਼ਹਿਰਾਂ 'ਚ ਵੀ ਥੀਏਟਰ ਹੋਣੇ ਚਾਹੀਦੇ ਨੇ ਲੇਕਿਨ ਥੀਏਟਰ ਬਹੁਤ ਅੱਛਾ ਵੀ ਹੋ ਰਿਹਾ ਹੈ ਮੈਂ ਅਗਰ 12 ਸਾਲ ਤੋਂ ਪਿਛਲੇ ਤੋਂ ਤੇ ਮੈਂ ਛੱਡਿਆ ਨਹੀਂ ਹੋਇਆ ਮੈਂ ਅੱਜ ਵੀ ਐਜੂਕੇਸ਼ਨ ਦਾ ਕੰਮ ਕਰ ਰਿਹਾ ਹਾਂ ਡਰਾਮਾ ਕਰ ਰਿਹਾ ਹਾਂ 12 ਮਹੀਨੇ ਕਰ ਰਿਹਾ ਹਾਂ ਅਲhamdulillah ਇਹਦਾ ਮਤਲਬ ਇਹ ਨਹੀਂ ਲੇਕਿਨ ਰਾਣਾ ਇਹ ਵੀ ਗੱਲ ਠੀਕ ਏ ਕਿ ਰਾਣਾ ਹਰ ਫੈਮਿਲੀ ਡਰਾਮਾ ਜਿਹੜਾ ਗੁਜਰਾਂ ਵਾਲੇ ਚ ਜਿਹੜਾ ਗੁਜਰਾਂ ਵਾਲਾ ਆਰਟਸ ਕਾਉਂਸਲ ਦੇ ਪਲੇਟਫਾਰਮ ਦੇ ਹੁੰਦਾ ਵੇ ਉਹ ਡਰਾਮਾ ਪਰਫਾਰਮ ਕਰਦਾ ਅਲਬਤ ਜਿਹੜਾ ਤੁਹਾਡਾ ਪੈਗਾਮ ਸੀ ਉਹ ਮਰ ਰਾਣਾ ਸਬ ਤੱਕ ਪਹੁੰਚਾ ਦਿੱਤਾ ਹੈ ਰਾਣਾ ਸਾਬ ਨੇ ਜੋ ਕਿਹਾ ਇਹਦੇ ਬਾਰੇ ਚ ਕੋ ਤੁਹਾਡੇ ਕੀ ਕਮੈਂਟਸ ਨੇ ਉਹ ਤੁਸੀਂ ਕਰ ਦੇਣੇ لیکن ਰਾਣਾ ਸਾਹਿਬ ਲੋਕ ਤੁਹਾਡਾ ਨਾ ਮੁਹੱਬਤ ਕਰਦੇ ਨੇ ਉਹ ਚੰਦ ਨਹੀਂ ਕਿ ਤੁਸੀਂ ਇੱਥੇ ਯਾਰ ਮੈਂ ਥੈਂਕਸਫੁਲ ਹਾਂ ਲੋਕਾਂ ਦਾ ਦੇਖੋ ਮੈਂ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸ ਰਿਹਾ ਭਾਈ ਜਾਨ ਸਭ ਤੋਂ ਪਹਿਲੇ ਤੇ ਪ੍ਰੋਡਿਊਸਰ ਜਿਹੜਾ ਉਹ ਐਜੂਕੇਟਿਡ ਹੋਣਾ ਚਾਹੀਦਾ ਜਿਹਨੂੰ ਜਿਹੜਾ ਡਰਾਮੇ ਨੂੰ ਸਮਝਦਾ ਹੋਵੇ ਡਾਇਰੈਕਟਰ ਉਹ ਹੋਣਾ ਚਾਹੀਦਾ ਜਿਨੇ ਡਰਾਮਾ ਪੜਿਆ ਆ ਅੱਜ ਕੱਲ ਜਿਹੜੇ ਸਾਡੇ ਲੋਕ ਨਵੇਂ ਬੱਚੇ ਯੂਨੀਵਰਸਿਟੀਆਂ ਚ ਕਾਲਜਾਂ ਚ ਪਾੜ ਰਹੇ ਨੇ ਆਟ ਨੂੰ ਉਹਨਾਂ ਨੂੰ ਇੱਧਰ ਆਣਾ ਚਾਹੀਦਾ ਆ ਕੇ ਦੇਖੋ ਸਮਝਾਣਗੇ ਉਹ ਕਿ ਨਹੀਂ ਸਾਰ ਐਸੀ ਨਹੀਂ ਐਸੀ ਕੰਮ ਕਰਨਾ ਫਿਰ ਇੱਕ ਕਾਨੂੰਨ ਹੁੰਦਾ ਹੈ ਉਹ ਕਾਨੂੰਨ ਦੇ ਉੱਤੇ ਹੋਣਾ ਚਾਹੀਦਾ ਜਿਹੜਾ ਆਰਟਿਸਟ ਕਰੇ ਉਹਨੂੰ ਉਹਦੀ ਸਜ਼ਾ ਹੋਣੀ ਚਾਹੀਦੀ ਏ ਤੇ ਬਾਕੀ ਤੁਸੀਂ ਠੀਕ ਕਹਿ ਰਹੇ ਹੋ ਸਰ ਮੈਂ ਵਾਕਈ ਕਸੂਰਵਾਰ ਆ ਔਰ ਮੈਂ ਇਨਸ਼ਾ ਅੱਲਾਹ ਤਾਲਾ ਰੱਬ ਅੱਗੇ ਦੁਆ ਕਰਨਾ ਕਿ ਅੱਲਾਹ ਤਾਲਾ ਮੈਨੂੰ ਇਸ ਦਗਦਲ ਚੋਂ ਕੱਢੇ ਮੈਂ ਅੱਛੀ ਗੱਲ ਕਰਨ ਦੀ ਵੀ ਕੋਸ਼ਿਸ਼ ਕਰਨਾ ਫਿਰ ਮੈਂ ਮਜਬੂਰ ਹੋ ਜੈਣਾ ਜਦੋਂ ਮੇਰੇ ਨਾਲ ਦਾ ਖਲੋਤਾ ਕਾਮੇਡੀਅਨ ਗੰਦੀ ਗੱਲ ਕਰਦਾ ਉਦੋਂ ਆਡੀਅנס ਜਿਹੜੀ ਹੈ ਉਹ ਸਾਫ਼ ਗੱਲ ਲੈ ਲਓ ਧਿਆਨ ਚੁੱਕ ਲੈਂਦੀ ਹੈ ਫੇਰ ਵੀ ਫੇਰ ਵੀ ਮੈਂ ਤੁਹਾਡੇ ਨਾਲ ਵਾਦਾ ਕਰਨਾ ਮੈਂ ਤੁਹਾਡਾ థాంక్స్ਫੁਲ ਹਾਂ ਤੁਸੀਂ ਮੈਨੂੰ ਕਮੈਂਟਸ ਕਰਦੇ ਹੋ ਤੇ ਸਮਝਾਉਣ ਦੀ ਕੋਸ਼ਿਸ਼ ਹੀ ਕਰਦੇ ਹੋ ਮੈਂ ਅੱਛਾ ਕਰਨ ਦੀ ਕੋਸ਼ਿਸ਼ ਕਰਾਂਗਾ ਬਾਬਰ ਸਾਹਿਬ ਪਤਾ ਕੀ ਗੱਲ ਹੈ ਮੈਂ ਅੱਗੇ ਇੰਨਾ ਸਫਰ ਕਰਕੇ ਆਇਆ ਉਤੋਂ ਤੁਸੀਂ ਮੇਰੇ ਨਾਲ ਇਹੋ ਜਿਹੇ ਸਵਾਲ ਕੀਤੇ ਨੇ ਮੈਂ ਖਿੱਚ ਗਿਆ ਸਾਂ ਉਹਦੀ ਵੀ ਮੈਂ ਸਰ ਤੁਹਾਡੇ ਕੋਲ ਸੋਰੀ ਕਰਨਾ ਮਾਫੀ ਚਾਹਨਾ ਤੇ ਜੇ ਕੁਮਾ ਮੰਦਾ ਬੋਲ ਦਿੱਤਾ ਹੈ ਉਹਦੀ ਵੀ ਮੈਂ ਮਾਫੀ ਚਾਹਨਾ ਤੇ ਤੁਸੀਂ ਭਾਵੇਂ ਇੰਟਰਵਿਊ ਨਾ ਵੀ ਚਲਾਇਆ ਜੇ ਤੇ ਕੋਈ ਗੱਲ ਨਹੀਂ ਐਵੇਂ ਮੇਰੇ ਦੇਖਣ ਵਾਲੇ ਨਾਰਾਜ਼ ਹੋਣਗੇ ਤੇ ਜੇ ਚਲਾ ਵੀ ਲਿਆ ਤਾਂ ਮੈਂ ਤੇ ਉਹਨਾਂ ਕੋਲੋਂ ਸੌਰੀ ਕਰ ਹੀ ਲਿਆ ਤੇ ਪਲੀਜ਼ ਇਹਨੂੰ ਐਡਿਟ ਕਰ ਲਿਆ ਸਹੀ ਤਰੀਕੇ ਨਾਲ ਜੀ ਨਾਜ਼ਿਰ ਸਾਡੇ ਨਾਲ ਸੰਰਾਣਾ ਸਾਹਿਬ ਰਾਣਾ ਸਾਹਿਬ ਦੇ ਵਿਚਾਰ ਤੁਸੀਂ ਜਾਣੇ ਨੇ ਜੀ ਤੁਹਾਡਾ ਪੇਗਾਮ ਸੀ ਤੁਸੀਂ ਮੁਹੱਬਤ ਕਰਦੇ ਹੋ ਸਾਡਾ ਚੈਨਲ ਦੇਖਦੇ ਹੋ ਸੋਇਵੇ ਕਿ ਉਸ ਤਰ੍ਹਾਂ ਹੀ ਤੁਸੀਂ ਅਮਜਦ ਰਾਣੇ ਨਾਲ ਵੀ ਮੁਹੱਬਤ ਕਰਦੇ ਹੋ ਅਮਜਦ ਰਾਣੇ ਦੀ ਬਹੁਤ ਸਾਰੀ ਵੀਡੀਓ ਤੁਸੀਂ ਦੇਖਦੇ ਹੋ ਸੋਇਆ ਹੋਏ ਤੁਸੀਂ ਅਮਜਦ ਰਾਣੇ ਦੇ ਡਰਾਮੇ ਦੇਖਦੇ ਹੋ ਤੇ ਸੋ ਤੁਹਾਡਾ ਪੈਗਾਮ ਚੁਕੇ ਤੁਹਾਡੀ ਅਮਜਦ ਰਾਣੇ ਤੇ ਕਿ ਰਸਾਈ ਨਹੀਂ ਮੇਰੀ ਹੈ ਵੇ ਮੈਂ ਤੁਹਾਡਾ ਪੈਗਾਮ ਲੈ ਕੇ ਆਇਆ ਰਾਣਾ ਸਾਹਿਬ ਤੱਕ ਪਹੁੰਚਾਤਾ ਰਾਣਾ ਸਾਹਿਬ ਮੈਂ ਆਪਣੇ ਵਿਚਾਰ ਜਿਹੜੇ ਤੁਹਾਨੂੰ ਦੱਸ ਦਿੱਤੇ ਰਾਣੇ ਵਾਸਤੇ ਰਾਣਾ ਸਾਹਿਬ ਤੁਸੀਂ ਆਪਣੇ ਕਮੈਂਟਸ ਵੀ ਜਰਾ ਚੈੱਕ ਕਰਿਆ ਕਰੋ ਮੇਰੇ ਚੈਨਲ ਦੇ ਖਾਸ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਮੈਂਟਸ ਨਹੀਂ ਚੈੱਕ ਕਰਦਾ ਮੈਂ ਸੋਸ਼ਲ ਮੀਡੀਆ ਤੇ ਕਿਸੇ ਦੇ ਕਮੈਂਟਸ ਨਹੀਂ ਚੈੱਕ ਕਰਦਾ ਠੀਕ ਹੈ ਉਹਦਾ ਰੀਜ਼ਨ ਇਹ ਵੇ ਮੈਂ ਚੈੱਕ ਕਰਕੇ ਕਿਸੇ ਦੋਸਤ ਨਾਲ ਨਾਰਾਜ਼ਗੀ ਹੋਏਗੀ ਠੀਕ ਹੈ ਜਿਹੜਾ ਸਾਨੂੰ ਸਮਝਾਉਂਦਾ ਹੈ ਤੁਹਾਡੇ ਥਰੂ ਮੈਨੂੰ ਪੇਗਾਮ ਮਿਲ ਗਿਆ ਮੈਂ ਇਨਸ਼ਾਅੱਲਾ ਤਾਲਾ ਤੇ ਯਤਨ ਵਰਤਾਂਗਾ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਤੁਹਾਨੂੰ ਅੱਛਾ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਾਂਗਾ ਤੇ ਤੁਸੀਂ ਵੀ ਮੇਰੇ ਲਈ ਦੁਆ ਕਰੋ ਕੋਈ ਮੈਨੂੰ ਬੰਦਾ تنਕੀਦ ਕਰੇ ਲੇਕਿਨ تنਕੀਦ ਬਰਾਏ ਸਲਾਹ ਕਰੇ ਫਿਰ ਮੈਨੂੰ ਮਜ਼ਾ ਆਏਗਾ ਸਲਾਹਲੇ ਵੀ ਹੁੰਦੇ ਨੇ ਕਈ ਲੋਕ ਸਿੱਧਾ ਲੇਖ ਦਿੰਦੇ ਨੇ ਅਸੀਂ ਕੁਝ ਕਰਤੇ ਨਹੀਂ ਸਕਦੇ ਅਸੀਂ ਤੇ ਫਨਕਾਰ ਆ ਉਹਨਾਂ ਨੂੰ ਵੀ ਸਲਾਮ ਹੈ ਤੇ ਮੁਹੱਬਤ ਹੈ ਤੇ ਭਾਈ ਜਨ ਤੁਹਾਡੇ ਨਾਲ ਵੀ ਕੋਈ ਮਾੜੀ ਗੱਲ ਹੋ ਗਈ ਹੈ ਤਾਂ ਮਾਫ ਕਰਦੇ ਹਾਂ ਜੀ ਆਹ ਜੀ ਬਿਲਕੁਲ ਨਾਜ਼ਰੀਨ ਮੈਂ ਪਹਿਲੇ ਵੀ ਕਹਿਣਾ ਹੁੰਦਾ ਜੀ ਤੁਸੀਂ ਕਿਸੇ ਨੂੰ ਕਮੈਂਟਸ ਕਰੋ ਜਿਸ ਤਰ੍ਹਾਂ ਦੇ ਮਰਜ਼ੀ ਕਰੋ ਲੇਕਿਨ اخلاق ਦੇ ਦਾਰੇ ਦੇ ਅੰਦਰ ਰਹਿੰਦੇ ਹੋਇਆ ਕਿਉਂਕਿ ਜਦੋਂ ਇਨਸਾਨ ਕਿਸੇ ਨੂੰ ਕਮੈਂਟਸ ਵੀ ਕਰਦਾ ਹੈ ਜਾਂ ਕਿਸੇ ਨੂੰ ਸਮਝਾਂਦਾ ਹੈ ਤੇ ਉਹ ਆਪਣੇ ਅੰਦਰ ਦੀ ਅਕਾਸੀ ਕਰ ਰਿਹਾ ਹੁੰਦਾ ਸੋਇਵੇ ਕਿ ਇਹ ਨਾ ਹੋਵੇ ਕਿ ਅਮਜਦ ਰਾਣੇ ਚ ਔਰ ਉਹ ਕਮੈਂਟਸ ਕਰਨ ਵਾਲਿਆਂ ਚ ਕੋਈ ਫਰਕ ਨਾ ਹੋਵੇ ਇਹ ਗੱਲ ਮੈਂ ਤੁਹਾਨੂੰ ਇਹ ਫਰਕ ਜਿਹੜਾ ਹੈ ਇਹ ਜ਼ਰੂਰ ਜ਼ਾਹਿਰ ਹੋਣਾ ਚਾਹੀਦਾ ਹੈ ਦੇਖੋ ਤੁਸੀਂ ਕਿਸੇ ਦੀ ਇਸਲਾਹ ਕਰੋ ਲੇਕਿਨ ਉਹ ਇਨੇ ਕੱਚੇ ਫਿਕਰਿਆਂ ਨਾਲ ਇਨੇ ਕੱਚੇ ਜੁਮਲੇ ਨਾਲ ਕਿ ਉਹਦੇ ਦਿਲ ਦੇ ਅੰਦਰ ਅਹਿਸਾਸ ਔਰ ਮੁਹੱਬਤ ਪੈਦਾ ਹੋਵੇ ਸੋ ਇਹ ਵੀ ਇਨਸਾਨ ਨੇ ਸੂਬਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਉਹਨੂੰ ਭੁੱਲਿਆ ਨਹੀਂ ਕਹਿੰਦੇ ਵਾਹ ਔਰ ਇਨਸ਼ਾਅੱਲਾ ਬਖ ਫਜ਼ਲ ਖੁਦਾ ਹਸੀ ਉਮੀਦ ਕਰਨੇ ਆ ਜੀ ਅਸੀਂ ਰਾਣਾ ਸਾਹਿਬ ਵਾਸਤੇ ਦੁਆਘੋਵਾ ਕਿ ਅੱਲਾਹ ਤਾਲਾ ਇਹਨਾਂ ਨੂੰ ਅੱਛੇ ਕੰਮ ਚ ਮਜ਼ੀਦ ਪਰਵਾਨ ਚੜਾਏ ਔਰ ਜਨਾਬ ਤਰੱਕੀ ਕਰਨ ਗੁਜਰਾਂ ਵਾਲੇ ਦਾ ਆਪਣੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਨ ਸਾਡੀਆਂ ਦੁਆਵਾਂ ਨਾਲ ਨੇ ਬੈਸਟ ਵਿਸ਼ਸ ਨੇ ਇਹਦੇ ਨਾਲ ਹੀ ਜਨਾਬ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ ਫਿਰ ਤੁਹਾਡੀ خدمت حاضر ਹੋਵਾਂਗਾ ਕਿਸੇ ਨਵੇਂ ਵੀਡੀਓ ਨਾਲ ਉਦੋਂ ਤੱਕ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ ਜੇ ਤੁਹਾਨੂੰ ਸਾਡਾ ਚੈਨਲ ਤੇ ਸਾਡੀ ਵੀਡੀਓ ਪਸੰਦ ਆਈਏ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰਵਕਤ ਮਿਲਦੀਆਂ